ਅਸਲਾਮ ਅਲੈਕਮ ਅੱਖਣ ਵਾਲਿਆਂ ਨੂੰ ਸਾਰਿਆਂ ਨੂੰ ਸਲਾਮ 27 ਅਕਤੂਬਰ ਨੂੰ ਜੋ ਮੈਂ ਸਿਆਮ ਮਨਾਨੇ ਆ ਸੀ ਕਿਉਂਕਿ ਭਾਰਤੀ ਦਰਿੰਦਿਆਂ ਨੇ ਸਾਡੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਨਹਿਿੱਤੇ ਕਸ਼ਮੀਰੀਆਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਉੱਥੇ ਕਤਲੋਗਾਰ ਦੀ ਇਤਹਾਕ ਕਰਤੀ ਸਾਡੇ ਬੱਚੇ ਬੁੱਢੀਆਂ ਬਾਬਨਦਾਂ ਨੂੰ ਮਾਰਿਆ ਗਿਆ ਔਰ ਉਹਨਾਂ ਨੇ ਆਪਣੇ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਤੇ ਫੌਜੀਆ ਦੇ ਨਾਲ 20 ਲੱਖ 8 ਲੱਖ ਫੌਜੀਆ ਦੇ ਨਾਲ ਨਾ ਹਿੱਤੇ ਮੁਸਲਮਾਨਾਂ ਤੇ ਮਕਬੂਦਾ ਕਸ਼ਮੀਰੀ ਚ ਜੋ ਉਹਨਾਂ ਨੇ ਬਰਬਰੀ ਤੇ ਜ਼ੁਲਮ ਦਈ ਬਾਜ਼ਾਰ ਗਰਮ ਕੀਤਾ ਹੋਇਆ ਪੂਰੀ ਦੁਨੀਆ ਉਹਨਾਂ ਤੇ ਲਾਂਤਾਨ ਕਰ ਰਹੀ ਏ 27 ਅਕਤੂਬਰ ਦਾ ਦਿਨ ਅਸੀਂ ਸਾਰਿਆਂ ਨੇ ਯੋਮ-ਏ-ਸਿਆਦ ਦੇ ਤੌਰ ਤੇ ਮਨਾਣਾ ਹੈ ਤੇ ਉਦੋਂ ਤੱਕ ਮਨਾਉਂਦੇ ਰਹਿਣਾ ਜਦੋਂ ਤੱਕ ਮਕਬੂਦਾ ਕਸ਼ਮੀਰ ਭਾਰਤੀ ਦਰਿੰਦਿਆਂ ਕੋਲੋਂ ਆਜ਼ਾਦ ਨਹੀਂ ਹੋ ਜਾਂਦਾ ਜੋ ਯੋਮ-ਏ-ਸਿਆਦ ਦਾ ਦਿਨ ਭਾਰਤ ਦੇ ਮਜ਼ਾਲਮ ਸਾਨੂੰ ਯਾਦ ਕਰਾਂਦਾ ਤਾਂ ਮਕਬੂਲਾ ਕਸ਼ਮੀਰੀਆਂ ਦਾ ਸਬਰ ਸਾਡੇ ਲਈ ਹੌਸਲਾ ਵਧਾਉਂਦਾ ਹੈ ਪਾਕਿਸਤਾਨ ਜ਼ਿੰਦਾਬਾਦ